सब तो पहला देव प्यार का सबूत आखो वाहिगुरु जी का खालसा श्री वाहिगुरु जी की फतेह। मान जो गुरु प्रसाद संत जी अज इस भागा समा आपां नूं वापस कीता उस भागा समा प्राप्त होया जिसका आपां इंतजार साल भर तों करन लग जांदे आं। अज दे दिन जगत गुरु गुरु नानक देव जी महाराज ने अवतार धारिया और आ लोकां दीआं दुखी गरीबां दीआं पुकारां सुणन वास्ते समय समय दे नाल दुनिया ते रहण आउंदे रहे और आउंदे ही रहणगे। सो अज दा आपां तुहाडे चरणां दे सभ तों पहिलां साहिब श्री गुरु नानक देव जी महाराज दे आउण दीआं बधाईआं सारे तौर संगतां नूं लख लख वार बधाई होवे ਅਤੇ ਪਿਆਰੇ ਸਵਾਮੀ ਜੀ ਮਹਾਰਾਜ ਜੀ ਆਸ਼ੀਰਵਾਦ ਦੇ ਨਾਲ ਤੁਹਾਡੇ ਚਰਨਾਂ ਦੇ ਆਪਾਂ ਹਾਜ਼ਰੀ ਭਰਨੀ ਵਾਲੀ ਨਗਰ ਕੀਰਤਨ ਤੇ ਇੱਕ ਵਾਰੀ ਸਰਬੱਤ ਦੇ ਸੰਗਤਾਂ ਦੇ ਪਿਆਰ ਦਾ ਸਰੋਤ ਆਖੋ ਸਤਨਾਮ ਸ੍ਰੀ ਵਾਹਿਗੁਰੂ ਜੀ। ਆਓ ਸਭ ਤੋਂ ਪਹਿਲਾਂ ਆਪਣੇ ਰਹਿਗੜ ਸ੍ਰੀ ਮਾਨ ਸਵਾਮੀ ਸੰਤ ਦਰਬਾਰਾ ਸਿੰਘ ਜੀ ਮਹਾਰਾਜ ਜੀ ਚਰਨ ਤੇ ਲਿਖਿਆ ਹੋਇਆ ਇੱਕ ਦੇਸ ਸ਼ੇਰ ਸਾਹਿਬੰਦ ਕਰੋ ਫਿਰ ਤੁਹਾਡੇ ਚਰਨਾਂ ਦੇ ਸਵਾਮੀ ਜੀ ਮਹਾਰਾਜ ਜੀ ਦੇ ਉੱਤੇ ਉਤਾਰੇ ਮੁਤਾਬਕ ਗੁਰੂ ਦਾ ਜਾਂਚ ਕੋਈ ਇਤਿਹਾਸ ਕਹਿਣ ਦਾ ਜ਼ਿਕਰ ਕਰਾਂਗੇ। ਕਰੀਮ ਰਹਿਮਾਨ ਹੈ ਤੂੰ ਮੇਰੇ ਦਿਲ ਤੋਂ ਕੋਈ ਅਣ ਪੁੱਛੇ ਮੇਰਾ ਦੀਨ ਤੇ ਸਜ ਕੇ ਅਮਾਨ ਹੈ ਤੂੰ ਇਹੋ ਦੇਖਿਆ ਅਸੀਂ ਦਰਬਾਰ ਸਿੰਘਾ ਕਿ ਮੇਰਾ ਨੂਰ ਖੁਦਾ ਦੀ ਸ਼ਾਨ ਹੈ ਤੂੰ ਕਿ ਮੇਰਾ ਨੂਰ ਖੁਦਾ ਦੀ ਸ਼ਾਨ ਹੈ ਤੂੰ ਇੱਕ ਵਾਰੀ ਸਰਬੱਤ ਗੁਰ ਸੰਗਤ ਦਾ ਆਖੋ ਦੱਜ ਕੇ ਸਤਨਾਮ ਸ੍ਰੀ ਵਾਹਿਗੁਰੂ ਜੀ। ਤੁਹਾਡਾ ਗੁਰੂ ਜੀ ਬਸਰਤ ਗਾਰ ਮੰਦਾ ਨਾ ਮੈਂ ਮਾਣ ਚਾਹੁੰਦਾ ਨਾ ਸ਼ਾਨ ਚਾਹੁੰਦਾ ਨਾ ਸਵਰਗ ਦੇ ਮੁਕਤ ਦੁਆਰ ਮੰਦਾ ਤੁਹਾਡੇ ਬਚਨ ਦਾ ਰਹੇ ਸਤਿਕਾਰ ਸਾਨੂੰ ਇੱਥੇ ਹੋਰ ਨਾ ਕੁਝ ਦਾਤਾਰ ਮੰਦਾ ਖੁਸ਼ ਹੋ ਕੇ ਜੇ ਮੈਨੂੰ ਦਰਬਾਰ ਸਿੰਘਾ ਤੁਹਾਡੇ ਚਰਨ ਪਾਉਣ ਦਾ ਪਿਆਰ ਮੰਦਾ ਇਹ ਸਾਡੀ ਇੱਕੋ ਹੀ ਮੰਗ ਹੈ ਬੱਚਿਆਂ ਨੂੰ ਕਮਲ ਦੀ ਧੋਲ ਪਾਤਾ ਔਰ ਜਾਤ ਬਚਾਉਂਦੇ ਖੇਡ ਜਾ ਦੇਖ ਨਜ਼ਾਰ ਗੁਰੂ ਦੇ ਦਰਸ਼ਨ ਕਰਕੇ ਜੀ ਮੇਰੇ ਦਾ ਦਰ ਸਤ ਗੁਰ ਦਾ ਕਹਿੰਦੇ ਨੇ ਮਰ ਮਰ ਕੇ ਜੀ ਅਮਰ ਦਾ ਦਰ ਸਤ ਗੁਰ ਦਾ ਕਹਿੰਦੇ ਨੇ ਮਰ ਮਰ ਕੇ ਜੀ ਬਣ ਸਹਾਰਾ ਆਪੇ ਬੇੜੀ ਪਰ ਲਗਾਉਂਦੇ ਜੀ ਚਰਨ ਕਮਲ ਦੀ ਧੂਰ ਪਾਤਸ਼ਾਹ ਜਾਤ ਕਚਾਉਂਦੇ ਜੀ ਆ ਚਰਨ ਕਮਲ ਦੀ ਧੂਰ ਪਾਤਸ਼ਾਹ ਜਾਤ ਕਚਾਉਂਦੇ ਜੀ ਮਨ ਹੋਰੇ ਦਾ ਜੋੜਾ ਉਹ ਕਰਮੀ ਪੈਦੇ ਜੀ ਮਨ ਘਰ ਮਹਾਂ ਵਿੱਚ ਰਹਿ ਕੇ ਦਸ ਦੁਨੀਆਂ ਤੋਂ ਲੈ ਦੇ ਜੀ ਦੇ ਖੁਸ਼ੀਆਂ ਮੇਰੇ ਸਤਗੁਰ ਮਰ ਤੇ ਅਲਖ ਜਗਾਉਂਦੇ ਜੀ ਚਰਨ ਕਮਲ ਦੀ ਧੂਰ ਪਾਤਸ਼ਾਹ ਜਾਤ ਕਚਾਉਂਦੇ ਜੀ ਚਰਨ ਕਮਲ ਦੀ ਧੂਰ ਪਾਤਸ਼ਾਹ ਜਾਤ ਕਚਾਉਂਦੇ ਜੀ ਆਸਾਨੀ ਦੁਨੀਆ ਸਾਰੇ ਤੁਹਾਡਾ ਖੇਲ ਰਚਾਇਆ ਹੈ ਜਗਤ ਮੁਸਾਫਿਰ ਖਾਨਾ ਇਹ ਸਭ ਤੇਰੀ ਮਾਇਆ ਹੈ ਜਗਤ ਮੁਸਾਫਿਰ ਖਾਨਾ ਇਹ ਸਭ ਤੇਰੀ ਮਾਇਆ ਹੈ ਜੀਵ ਅਨੇਕਾ ਦਾਤਾ ਤੈਨੂੰ ਫਿਰ ਤੇ ਹੁੰਦੇ ਜੀ ਚਰਨ ਕਮਲ ਦੀ ਧੂਰ ਪਾਤਸ਼ਾਹ ਜਾਤ ਕਚਾਉਂਦੇ ਜੀ ਤੁਹਾਡੇ ਚਰਨ ਕਮਲ ਦੀ ਧੂਰ ਪਾਤਸ਼ਾਹ ਜਾਤ ਕਚਾਉਂਦੇ ਜੀ ਪੰਜ ਤਖਤ ਦਾ ਪੁਤਲਾ ਹੈ ਇਨਸਾਨ ਬਣਾਇਆ ਤੂੰ ਰਤੀ ਵਲਕਸ਼ਣ ਲੀਲਾ ਆਪਣਾ ਆਪ ਛੁਪਾਇਆ ਤੂੰ ਰਤੀ ਵਲਕਸ਼ਣ ਲੀਲਾ ਆਪਣਾ
ਕੁਛ ਪਾਇਆ ਤੂੰ ਚੱਲ ਸੂਰਜ ਤੇ ਧਾਰੇ ਤੁਹਾਡਾ ਹੁਕਮ ਬਜਾ ਦੇਵੀ ਚਰਨ ਕਮਲ ਦੀਪ ਬਚਾਉਣੇ ਦੀ ਨੌ ਦੁਆਰੇ ਰੱਖ ਕੇ ਦਸਮਾ ਗੋਤੇ ਖਾਇਆ ਤੂੰ ਸੰਤ ਜਨਾ ਦੀ ਕਿਰਪਾ ਦਸਮਾ ਦਵਾਰ ਤੇ ਆਇਆ ਤੂੰ ਸੰਤ ਜਨਾ ਦੀ ਕਿਰਪਾ ਦਸਮਾ ਦਵਾਰ ਤੇ ਆਇਆ ਤੂੰ ਸੱਚਖੰਡ ਦੇ ਖੇਵਟ ਤਾਈਓ ਸੱਚਖੰਡ ਦੇ ਖੇਵਟ ਤਾਈਓ ਸੰਤ ਕਹਾਉਂਦੇ ਜੀ ਚਰਨ ਕਮਲ ਦੀ ਧੂਰ ਪਾਤਸ਼ਾਹ ਯਾਦ ਕਚਾਉਂਦੇ ਜੀ ਤੁਹਾਡੇ ਚਰਨ ਕਮਲ ਦੀ ਧੂਰ ਪਾਤਸ਼ਾਹ ਯਾਦ ਕਚਾਉਂਦੇ ਜੀ ਧਨ ਧਨ ਮਾਦੇ ਬਾਦ ਆਇਆ ਰੂਪਨ ਪਿਆਰਾ ਤੇ ਬਖਸ਼ਣ ਹਾਰ ਦੇ ਅੰਮੋ ਮੇਰਾ ਬਹੂ ਸਹਾਰਾ ਤੂੰ ਬਖਸ਼ਣ ਹਾਰ ਦੇ ਅੰਮੋ ਮੇਰਾ ਬਹੂ ਸਹਾਰਾ ਤੂੰ ਰੱਖ ਲੋਹ ਬੋਲੇ ਦਰਦੇ ਅਨਮਲ ਖੇਤ ਚੜਾਉਂਦੇ ਜੀ ਚਰਨ ਕਮਲ ਦੀ ਧੂਰ ਪਾਤਸ਼ਾਹ ਰੱਖ ਚੜਾਉਂਦੇ ਜੀ ਚਰਨ ਕਮਲ ਦੀ ਧੂਰ ਪਾਤਸ਼ਾਹ ਰੱਖ ਚੜਾਉਂਦੇ ਜੀ ਆਜਰੇ ਜਰੇ ਕਣ ਕਣ ਦੇ ਵਿੱਚ ਹੈ ਬਾਪ ਤੁਮਹਾਰਾ ਜੀ ਸਾਡੇ ਮਨ ਮੰਦਰਾਂ ਵਿੱਚ ਵਸਦਾ ਸਾਡਾ ਕੀਰਤਨ ਪਿਆਰਾ ਜੀ ਇਹ ਮਨ ਮੰਦਰਾਂ ਵਿੱਚ ਵਸਦਾ ਮੇਰਾ ਕੀਰਤਨ ਪਿਆਰਾ ਜੀ ਬਾਬ ਤੇਰੀ ਵਿੱਚ ਦਾਤਾ ਨੈਣੋ ਵੀਰ ਬਹਾਉਂਦੇ ਜੀ ਚਰਨ ਕਮਲ ਦੀ ਧੂਰ ਪਾਤਸ਼ਾਹ ਰੱਖ ਚਾਉਂਦੇ ਜੀ ਤੁਹਾਡੇ ਚਰਨ ਕਮਲ ਦੀ ਧੂਰ ਪਾਤਸ਼ਾਹ ਰੱਖ ਚਾਉਂਦੇ ਜੀ ਹੋ ਮਾੜੇ ਅਬੋਦਾ ਕਰਮ ਧਿਆਨ ਲਗਾ ਕੇ ਰਾਜ ਮੁਖੜਾ ਹਨ ਮਾਰਾ ਤੈਨੂੰ ਧੂਪ ਪਕਾ ਕੇ ਰਾਜ ਮੁਖੜਾ ਹਨ ਮਾਰਾ ਤੈਨੂੰ ਧੂਪ ਪਕਾ ਕੇ ਰਾਮ ਅਤੇ ਕਰਨ ਹੋ ਕੇ ਵੀ ਜਸ ਗੁਰੂਆਂ ਦਾ ਗਾਉਂਦੇ ਜੀ ਚਰਨ ਕਮਲ ਦੀ ਧੂਰ ਪਾਤਸ਼ਾਹ ਜਾਤ ਕਚਾਉਂਦੇ ਜੀ ਚਰਨ ਕਮਲ ਦੀ ਧੂਰ ਪਾਤਸ਼ਾਹ ਜਾਤ ਕਚਾਉਂਦੇ ਜੀ ਰਾਮ ਜੀ ਗੁਰਸੰਗਤਾਂ ਵੱਲੋਂ ਬਹੁਤ ਸਾਰੀ ਮਾਇਆ ਆ ਸਵਾਮੀ ਜੀ ਮਹਾਰਾਜ ਦੇ ਜਗ ਖੇਤਰ ਵਾਸਤੇ ਅਰਪਣ ਕਰੀਏ ਸਾਡੇ ਕੋਲ ਆਪਣੇ ਪਿਆਰ ਬੰਦਾਂ ਦਾ ਪਿਆਰ ਵਰਤਦਾ ਹਾਂ ਔਰ ਦਾਸ ਦੇ ਬੱਚੇ ਨੂੰ ਸਵਾਮੀ ਜੀ ਮਹਾਰਾਜ ਵੱਲੋਂ ਦੇ ਸੀਰਵਾਲ ਭੇਜੀ ਦੀ ਮਾਇਆ ਦੇ ਨਾਲ ਨਵਾਜ ਆਪਣੇ ਬੱਚਿਆਂ ਨੂੰ ਇਸ ਧਰਮ ਪ੍ਰੋਗਰਾਮ ਦਾ